ਚੈਨਲ ਇੰਡੀਆ ਕ੍ਰਾਈਮ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਅਸੀਂ ਸਵਾਗਤ ਕਰਦੇ ਹਾਂ। ਇਸ ਵੇਲੇ ਦੀ ਇੱਕ ਵੱਡੀ ਖਬਰ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸੇਖਵਾਂ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਇੱਕ ਵਿਆਹਤਾ ਲੜਕੀ ਨੂੰ ਉਸ ਦੇ ਸਹੁਰੇ ਪਰਿਵਾਰ ਵੱਲੋਂ ਕੋਈ ਜ਼ਹਿਰੀਲੀ ਵਸਤੂ ਦੇ ਕੇ ਮਾਰ ਦਿੱਤਾ ਗਿਆ। ਜਾਣਕਾਰੀ ਦਿੰਦਿਆਂ SHO ਸਰਦਾਰ ਲਖਵਿੰਦਰ ਸਿੰਘ ਥਾਣਾ ਸੇਖਵਾਂ ਨੇ ਦੱਸਿਆ ਕਿ ਮ੍ਰਿਤਕ ਸੰਦੀਪ ਕੌਰ ਦੇ ਪਰਿਵਾਰਕ ਮੈਂਬਰਾਂ ਨੇ ਉਹਨਾਂ ਨੂੰ ਇਹ ਦੱਸਿਆ ਹੈ ਕਿ ਉਹਨਾਂ ਦੀ ਬੇਟੀ ਦਾ ਵਿਆਹ 2 ਸਾਲ ਪਹਿਲਾਂ ਸ਼ਮਸ਼ੇਰ ਸਿੰਘ ਨਾਲ ਹੋਇਆ ਸੀ, ਜਿਸ ਦੀ 1 ਸਾਲ ਦੀ ਬੇਟੀ ਵੀ ਹੈ, ਪਰ ਲੜਕੇ ਪਰਿਵਾਰ ਵਾਲੇ ਲਗਾਤਾਰ ਉਹਨਾਂ ਦੀ ਲੜਕੀ ਨੂੰ ਤੰਗ ਪਰੇਸ਼ਾਨ ਕਰਦੇ ਸਨ, ਜਿਸ ਕਰਕੇ ਅੱਜ ਉਹਨਾਂ ਨੇ ਉਹਨਾਂ ਦੀ ਲੜਕੀ ਸੰਦੀਪ ਕੌਰ ਨੂੰ ਕੋਈ ਜ਼ਹਿਰੀਲੀ ਵਸਤੂ ਦੇ ਕੇ ਮਾਰ ਦਿੱਤਾ। ਉੱਧਰ ਪੁਲਿਸ ਨੇ ਆ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਬਟਾਲਾ ਪੋਸਟਮਾਰਟਮ ਲਈ ਭੇਜ ਦਿੱਤਾ ਅਤੇ SHO ਸਰਦਾਰ ਲਖਵਿੰਦਰ ਸਿੰਘ ਦਾ ਕਹਿਣਾ ਸੀ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਏਗੀ। ਵੇਖਦੇ ਰਹੋ ਚੈਨਲ ਇੰਡੀਆ ਕ੍ਰਾਈਮ ਨਿਊਜ਼। ਆਕਾਦੀਆਂ ਤੋਂ ਪੱਤਰਕਾਰ ਰਾਜਵੀਰ ਕੌਰ ਦੀ ਇਹ ਖਾਸ ਰਿਪੋਰਟ। ਕੀ ਗੱਲ ਹੋਈ ਹੈ? ਕੀ ਕਾਰਨ ਦੱਸਿਆ ਉਹਨਾਂ ਨੇ? ਆਂਦੇ ਉਲਟੀ ਆਈ। ਤੁਸੀਂ ਕੀ ਕਹਿੰਦੇ ਪਏ ਹੋ? ਅਸੀਂ ਕੀ ਕਹਿਣਾ ਵਾ ਵੀ ਇਹਨਾਂ ਕਦੀ ਜਾਣਾ ਨਹੀਂ ਦਿੱਤਾ, ਕਦੀ ਫੋਨ ਨਹੀਂ ਕਰਨ ਦਿੱਤਾ ਸਾਡੀ ਬੇਟੀ ਨੂੰ, ਅਸੀਂ ਕਰੀਏ ਨਾ ਕਰੀਏ। ਤੇ ਮੈਂ ਆਈ ਥੋੜੇ ਦਿਨ ਹੋਏ ਉਦਣ, ਤੇ ਮੈਂ ਕਿਹਾ ਚੱਲ ਲੈ ਜਾਂਦੀ ਹਾਂ 10 ਕੁ ਦਿਨ। ਤੇ ਕਹਿੰਦੇ ਵੀ ਨਹੀਂ ਤੇ ਆਪਣੀ ਕੁੜੀ ਖੜਨੀ ਹੈ ਤੇ ਲੈ ਜਾਓ, ਤੇ ਅਸੀਂ ਆਪਣੀ ਕੁੜੀ ਹੈ ਉਹ ਨਹੀਂ ਦੇਣੀ, ਆਪਣੀ ਖੜਨੀ ਹੈ ਤੇ ਲੈ ਜਾਓ 10 ਦਿਨ। ਤੇ ਠੀਕ ਨਹੀਂ ਦਦਰੀਆਂ ਜੀਆਂ ਅਸੀਂ, ਤੋ ਫਿਰ ਮੈਂ ਮੁੰਡੇ ਦੇ ਹੱਥ ਦਵਾਈ ਭੁਲਾਈ, ਵਾ ਮਹੀਨਾ ਹੀ ਹੋ ਗਿਆ ਦਵਾਈ ਚੱਲਦੀ। ਪਰਸੋਂ ਹਜੇ ਆਇਆ ਮੁੰਡਾ। ਕਿੰਨੇ ਬੱਚੇ ਸੀ? ਦੋ ਬੇਟੀ ਬੇਟੀ ਹੈ ਇਕੱਲੀ। ਕੁੜੀ ਮਤਲਬ ਬਹੁਤ ਜਿਆਦਾ ਤੰਗ ਰੱਖੀ ਵੀ, ਮਤਲਬ ਥੋੜੀ ਵੀ ਨਹੀਂ ਹੈਗੀ, ਤੇ ਫੌਜੀ ਨੇ ਨਾ ਕਦੀ ਫੋਨ ਕੀਤਾ ਸੀ ਨਾ ਕਿਤੇ ਘਰ ਗਿਆ ਆਉਣਾ, ਤਾਂ ਵੀ ਨਹੀਂ ਮਤਲਬ ਉਹਨੂੰ ਕੁੜੀ ਦੇ ਲਾਗੇ ਨਹੀਂ ਬਹਿਣਾ ਬਹਿਣ ਦੇਣਾ। ਉਹਦੀ ਬੇਟੀ ਹੋ ਗਈ ਬਸ। ਮੰਗ ਕੀ ਤੁਹਾਡੀ? ਤੁਹਾਡੀ ਬੇਟੀ ਠੀਕ ਨਹੀਂ ਆ ਤੇ ਉਹਨੂੰ ਅਸੀਂ ਬਟਾਲੇ ਖਾ ਰਹੇ ਦਵਾਈ ਦਵਾਉਣ ਲਈ। ਅੱਛਾ ਜੀ। ਤੇ ਬਾਅਦ ਵਿੱਚ ਫੇਰ ਇਹਨਾਂ ਲਈ ਕਾਲ ਆਈ ਆ ਵੀ ਉਹਦੀ ਡੈਥ ਹੋ ਗਈ ਆ। ਅਸੀਂ ਜਦੋਂ ਇੱਥੇ ਪਹੁੰਚੇ ਹਾਂ ਅਸੀਂ ਤੇ ਵੇਖਿਆ ਵਾ ਕੁੜੀ ਵੱਲ, ਅਤੇ ਜਿੱਦਾਂ ਕੁੜੀ ਨੂੰ ਕੋਹ ਕੋਹ ਕੇ ਤਸੀਹੇ ਦੇ ਦੇ ਕੇ ਮਾਰਿਆ ਆਉਂਦਾ, ਇਸ ਤਰ੍ਹਾਂ ਦੀ ਕੁੜੀ ਦੀ ਹਾਲਤ ਆ, ਉਹ ਤੁਸੀਂ ਖੁਦ ਵੇਖ ਕੇ ਆਏ ਜੇ। ਹਾਂਜੀ ਕੀ ਗੱਲ ਹੋਈ ਆ? ਇਹ 2 ਸਾਲ ਦੇ ਲੜਕੀ ਨੂੰ ਵਿਆਹਿਆ ਹੋਇਆ, ਤੰਗ ਪਰੇਸ਼ਾਨ ਬਹੁਤ ਕਰਦੇ, ਅਤੇ ਅੱਜ ਸਵੇਰੇ 11 ਵਜੇ ਫੋਨ ਗਿਆ, ਕਹਿੰਦੇ ਅਸੀਂ ਦਵਾਈ ਲੈਣ ਜਾ ਰਹੇ ਹਾਂ ਬਟਾਲੇ, ਉਲਟੀਆਂ ਟਿੱਟੀਆਂ ਲੱਗੀਆਂ, ਅਤੇ ਮੁੜ ਕੇ ਵਾਪਸ ਆਉਣ ਡੇ ਸਾਨੂੰ ਫੋਨ ਕਰਦਾ, ਪੂਰੀ ਹੋ ਗਈ।
ਬਸ ਇਹੀ ਗੱਲ ਹੋ ਗਈ। ਪਹਿਲਾਂ ਲੜਾਈ ਝਗੜਾ ਪਹਿਲਾਂ ਇਹਨਾਂ ਦਾ ਮਾਂ ਪੁੱਤ ਬਹੁਤ ਪਰੇਸ਼ਾਨ ਕਰਦੇ ਰਹੇ, ਲੈ ਜਾਓ ਇਹਨੂੰ ਲੈ ਜਾਓ ਇਹਨੂੰ, ਅਸੀਂ ਹੱਥ ਜੋੜ ਕੇ ਫਿਰ ਇੱਥੇ ਛੱਡ ਦਿੰਦੇ ਰਹੇ, ਸਮਝਾ ਕੇ ਦਿੰਦੇ ਰਹੇ, ਉਹਦੇ ਮਾਮਾ ਮਾਮੀ ਵੀ ਆਉਂਦੇ ਰਹੇ, ਪਰ ਦੋ ਚਾਰ ਦਿਨ ਲੰਘਦੇ ਆ ਮੁੜ ਕੇ ਕਹਿੰਦੇ ਲੈ ਜਾਓ ਲੈ ਜਾਓ। ਕਿਸ ਤਰ੍ਹਾਂ ਕਾਰਵਾਈ ਚਾਹੁੰਦੇ ਹੋ? ਕਾਰਵਾਈ ਇਨਸਾਫ ਮਿਲਣਾ ਚਾਹੀਦਾ, ਇਨਸਾਫ ਮਿਲਣਾ ਚਾਹੀਦਾ ਸਾਨੂੰ, ਝਟਕੇ ਦੀ ਮੌਤ ਹੋ ਗਈ ਉਹਦੀ, ਇਨਸਾਫ ਮਿਲਣਾ ਚਾਹੀਦਾ। ਕਿੰਨੀ ਉਮਰ ਸੀ ਬੇਟੀ ਦੀ? 26-27 ਸਾਲ ਹੈਗੇ। ਬੱਚਾ ਕੋਈ ਹੈਗਾ? ਹਾਂਜੀ ਇੱਕ ਬੇਟੀ ਹੈ। ਗਲ ਘੁੱਟ ਕੇ ਕੋਈ ਨਾ ਕੋਈ ਹੋਇਆ, ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਸਾਨੂੰ ਇਨਸਾਫ ਕੀਤਾ ਜਾਵੇ, ਇਨਸਾਫ ਦਵਾਇਆ ਜਾਵੇ, ਅਸੀਂ ਇਹੋ ਪ੍ਰਸ਼ਾਸਨ ਤੋਂ ਮੰਗ ਚਾਹੁੰਦੇ ਹਾਂ। ਜੀ ਸਰ, ਸਤਨਾਮ ਸਿੰਘ ਸਾਨੂੰ ਜੈਬ ਸਿੰਘ ਵਾਸੀ ਜਫਰਵਾਲ ਨੇ ਬਿਆਨ ਲਿਖਾਇਆ ਸੀ, ਉਹਦੀ ਲੜਕੀ ਸੰਦੀਪ ਕੌਰ 2 ਸਾਲ ਪਹਿਲਾਂ ਇੱਥੇ ਵਿਆਹੀ ਸੀ, ਪਿੰਡ ਸੇਖਾਂ ਵਿਆਹੀ ਸੀ, ਅਤੇ ਅੱਜ ਉਹਨੂੰ ਫੋਨ ਗਿਆ ਸੀ ਵੀ ਉਹਦੀ ਲੜਕੀ ਠੀਕ ਨਹੀਂ, ਅਤੇ ਜਦੋਂ ਉਹ ਘਰ ਆਇਆ ਤਾਂ ਉਹਦੀ ਲੜਕੀ ਜਿਹੜੀ ਉਹਦੀ ਮੌਤ ਹੋ ਚੁੱਕੀ ਸੀ, ਅਤੇ ਉਹਨੂੰ ਉਹਨੇ ਕਿਹਾ ਵੀ ਇਹਦੀ ਮੇਰੀ ਲੜਕੀ ਦੀ ਜਿਹੜੀ ਮੌਤ ਆ, ਮੇਰਾ ਜਿਹੜਾ ਦਵਾਈ ਆ ਸਤਨਾਮ ਸਿੰਘ ਅਤੇ ਜਿਹੜੀ ਕਰੋਨੀ ਉਹਨਾਂ ਕੋਲ ਜਿਹੜੀ ਦਵਾਈ ਦੇ ਦਿੱਤੀ ਆ ਉਹਦੇ ਕਰਕੇ ਮੌਤ ਹੋਈ ਆ, ਉਹਦੇ ਸੰਬੰਧੀ ਅਸੀਂ ਜਿਹੜਾ ਮੁਕਰਮਾ ਦਰਜ ਕਰਤਾ, ਅੱਗੋਂ ਜਿਹੜੀ ਇਨਵੈਸਟੀਗੇਸ਼ਨ ਕਰ ਰਹੇ ਹਾਂ, ਜੋ ਇਨਵੈਸਟੀਗੇਸ਼ਨ ਆਊਗੀ ਉਹਦੇ ਜੋ ਇਨਵੈਸਟੀਗੇਸ਼ਨ ਆਊਗੀ ਉਹਦੇ ਮੁਤਾਬਕ ਕਾਰਵਾਈ ਆਉਣੀ ਜਾਂਦੀ ਹੈ। ਇੰਡੀਆ ਕ੍ਰਾਈਮ ਨਿਊਜ਼, ਜ਼ੁਲਮ ਕੇ ਖਿਲਾਫ।